ਉਹਨੇ ਪਲੇਟ ਦਾ ਪਚਾਲ ਪਾ ਰੱਖਿਆ, ਰੋਟੀ ਵੀ ਨਹੀਂ ਖਾਣ ਦਿੱਤੀ ਗਈ ਸਾਨੂੰ। ਬਹੁਤ ਡਰ ਲੱਗਦਾ, ਕਹਿੰਦੇ ਮੈਨੂੰ ਡਰ ਲੱਗਦਾ ਲੈ ਕੇ, ਤੇ ਪਾਣੀ ਵਾਲੇ ਪਾਸੇ ਨਹੀਂ ਆਇਆ ਬੜੇ। ਇੱਧਰ ਹੀ ਹੈ ਬੜੇ, ਸਾਰੀਆਂ ਗਲੀਆਂ ਫੁੱਲ ਹੋ ਗਈਆਂ ਬਈ। ਡੈਲੀਵਰੀ ਵਾਲੇ ਵੀ ਵਿਚਾਰੇ ਖੜੇ, ਕਦੋਂ ਹਟੇ ਤੇ ਅਸੀਂ ਪਾਰਸਲ ਡਿਲੀਵਰ ਕਰਕੇ ਆਈਏ। ਸਵੇਰ ਦੇ 8:30-9 ਵੱਜ ਚੁੱਕੇ ਹੈ ਅਤੇ ਬਰਸਾਤ ਨੇ ਕਿਆ ਬਾਤਾਂ ਕਰਾ ਰੱਖੀਆਂ, ਸਾਰਾ ਸ਼ਹਿਰ ਭਰਿਆ ਪਿਆ। ਮੈਨੂੰ ਨਾ ਬੁਲਾਇਆ ਕਰ, ਮੈਂ ਨਹੀਂ ਬੋਲਦੀ ਤੇਰੇ ਨਾਲ, ਗੰਦਾ ਬੱਚਾ ਤੂੰ। ਹੁਣ ਲੜਾਈ ਕਰਦੇ ਮੇਰੇ ਨਾਲ, ਚੱਲ ਹੱਪ ਕਰਦੇ, ਸਾਡੇ ਸਾਰਿਆਂ ਨੂੰ ਹੱਪ ਕਰਦੇ, ਹੱਪ ਕਰਦੇ। ਆਹ ਲਾਇਆ ਕਰਦੇ, ਅੱਖਾਂ ਤਿਉੜੀਆਂ ਪਾ ਦੇ, ਤਿਉੜੀਆਂ ਪਾ ਦੇ, ਆਏ ਕਰਦੇ। ਕੌਣ ਆਇਆ? ਆਹ ਤਾਂ ਦੇਖੋ ਵਿਮਲ ਮਸੌਨ ਜੀ। ਸਾਲੇ ਬਣਾਉਣਾ ਵਿਹਲੇ ਹੋ ਗਏ ਹੁਣ? ਅਵਲ ਨੂਰ ਮਸੌਨ ਜੀ ਬਿਲਕੁਲ ਫ੍ਰੀ। ਹੋਰ ਬਿਲਕੁਲ ਫ੍ਰੀ, ਸਾਰੇ ਕੰਮ ਕਰ ਲਏ। ਆਹੀ ਹੁਣ ਐਂ ਬੱਚ ਰਿਹਾ ਪਿਆ। ਹਾਂ ਹੁਣ ਤਾਂ ਹੀ ਖੇਡੀ ਆ ਰਿਹਾ। ਕਹ ਮੈਂ ਕੁੱਤਰਨ ਦਾਣਾ ਵੀ ਪਾਇਆ ਆ। ਕਾਨੂੰ ਕੁੱਤਰਨ ਦਾਣਾ ਕਬੂਤਰਾਂ ਨੂੰ ਕਿੱਥੋਂ ਲੈਂਦਾ ਜੀ? ਬਾਜਰਾ? ਬਾਜਰਾ ਕੀ ਲਿਆ ਸੀ ਉਹ? ਜਵਾਰ? ਬਾਜਰਾ ਜਵਾਰ? ਹਾਂ ਇਹ ਜਵਾਰ ਪਾ ਕੇ ਆਏ? ਕਿੱਥੇ ਪਾ ਕੇ ਆਏ? ਆਪਦੇ ਸਿਰ ਤੇ ਪਾਉਂਦੀ ਸੀ ਮੈਂ। ਵਧੀਆ ਕਬੂਤਰ ਬਣਾਓ ਆਪਦੇ ਸਿਰ ਤੇ। ਹੋਰ ਕੀ ਕਬੂਤਰ ਬਣਾਉਣ ਦਾ ਕੰਮ ਹੀ ਹੈ। ਆ ਗਈ ਲਾਈਟ? ਲਾਈਟ ਆ ਗਈ? ਹਾਂ ਆਈ ਨਹੀਂ ਆਈ। ਲੈ ਉਹ ਚਾਹ ਚੂ ਬਣਾਓ ਯਾਰ, ਪਿਆਓ ਮੈਂ ਬਾਈ। ਖਾ ਲਾ ਬਾਂ, ਖਾ ਲਾ ਅੱਛੀ ਤਰ੍ਹਾਂ, ਖਾ ਲਾ ਪੁੱਤ, ਸੋਹਣੀ ਤਰ੍ਹਾਂ ਖਾ ਲਾ। ਪਤਾ ਨਹੀਂ ਇਹਨੇ ਕੀ ਕਰਨਾ। ਸਾਰਾ ਦਿਨ ਬਾਹਰ 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 ਸਾਰਾ ਦਿਨ ਬਾਹਰ 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 ਬਾਰਿਸ਼ ਦੁਆਰਾ ਆ ਰਹੀ ਹੈ ਕਿ ਚਲੋ ਚੱਲੀਏ ਬਾਹਰ ਚੱਲੀਏ। ਹਾਂ ਹੁਣ ਤਾਂ ਹਟ ਗਈ, ਹੁਣ ਤਾਂ ਹਟ ਗਈ ਬਾਰਿਸ਼। ਹੋਰ ਮੂੜਾ ਲੈ ਕੇ ਆਣਾ ਪਊਗਾ ਇੱਕ, ਹੁਣ ਤਾਂ ਬਾਰਿਸ਼ ਘਟ ਗਈ। ਗੱਡੀ 'ਚ ਸਪੇਸ ਹੈ ਨਹੀਂ ਸੀ, ਤਾਂ ਘਰੋਂ ਹੀ ਮੂੜਾ ਚੱਕ ਲਿਆਂਦੇ। ਚੱਕ ਲਿਆਵਾਂਗੇ ਇੱਥੋਂ, ਲੈ ਲਾਂਗੇ ਇੱਥੋਂ। ਚਿਹਰਾ ਵੱਖਰੀਆਂ ਜੀ ਆਈਆਂ ਲਾਲ ਜੀਆਂ, ਹਨਾ ਮੰਮੀ ਉੱਤੇ ਬੈਠਿਆ ਤਾਂ ਜਾਂਦਾ ਨਹੀਂ। ਉਹ ਨਹੀਂ ਲੈਣੀ। ਹਾਂ ਉਹ ਨਹੀਂ ਲੈਣੀ, ਉਹ ਲੈ ਕੇ ਆਵਾਂਗੇ ਛੋਟੀ ਮੰਮਾ ਇੱਕ ਸਾਈਡ। ਉਹ ਜਦੋਂ ਕਿੱਥੇ ਬੈਠੇ ਜਾਂਦੇ ਨੇ, ਉਹ ਤਾਂ ਥੋੜੀ ਬੈਠੇ ਹੋ ਜਾਂਦਾ, ਆਪਾਂ ਥੋੜੀ ਪੂਰੇ ਆਨੇ ਆ, ਉਹ ਤਾਂ ਪਤਲੇ ਬੰਦੇ ਉਸਤੇ ਆ, ਮੇਰੇ ਵਰਗੇ ਉਸਤੇ ਆ, ਤੁਹਾਡੇ ਵਰਗੇ। ਮੈਂ ਵੀ ਬਹਿ ਜਾਊਗਾ, ਅਵਲ ਵੀ ਬਹਿ ਜਾਊਗਾ। ਅਵਲ ਬਹਿ ਸਕਦਾ, ਉਹ ਤਾਂ ਪੂਰਾ ਆ ਜਾਊਗਾ, ਉਹ ਤਾਂ ਪੂਰਾ ਆ ਜਾਊਗਾ, ਪੂਰਾ ਆ ਜਾਊਗਾ, ਪੂਰਾ ਆ ਜਾਊਗਾ, ਪੂਰਾ ਆ ਜਾਊਗਾ। ਇਹਨੂੰ ਉਹ ਤਾਂ ਦੇਖੀ ਜਾਂਦਾ ਆਸਮਾਨ ਦਾ ਵੀ, ਮੈਂ ਉਧਰ ਭੱਗ ਜਾ। ਜਾ ਜਾ ਓਏ, ਥੱਲੇ ਛੱਡਾ, ਮੈਂ ਥੱਲੇ ਛੱਡਾ ਤੈਨੂੰ। ਹਾਂ ਥੱਲੇ ਨਹੀਂ ਛੱਡਣਾ, ਚੱਲ ਭੱਜ ਲਾ, ਚੱਲ ਭੱਜ ਲਾ। ਥੱਲੇ ਕੀ ਕਰਨਾ? ਭੱਜ ਲਾ, ਠੰਡਾ ਫਰਸ਼ ਆ ਲਵਾਂ। ਠੰਡਾ ਨਹੀਂ ਗਾ, ਮੈਂ ਠੰਡਾ ਫਰਸ਼ ਆ, ਮੈਂ ਵੀ ਪੈਰ ਲਾਈ ਬੈਠੀ ਬਰਾਬਰ ਇਹਦੇ। ਅਵਲ ਆ ਦੇ, ਅਵਲ ਓਏ ਅਵਲ, ਆ ਚਲੀਏ, ਆ ਚਲੀਏ, ਆ ਚਲੀਏ ਅਵਲ। ਡਿੰਗ ਡਿੰਗ ਡਿੰਗ, ਚੰਡੀਗੜ੍ਹ ਦਾ ਕਾਰਨੀਵਲ ਜੋ ਲੈ ਕੇ ਜਾਣਗੇ ਤਾਂ ਅੱਜ ਤਾਂ ਅਸੀਂ ਬੈਠੇ ਹਾਂ।
ਜਾਣ ਤੇ ਕਈ ਸਾਰੀ ਹੁੰਦੀ ਨਾ ਕੁੜੀਆਂ ਡਿਪੈਂਡ ਰਹਿੰਦੀਆਂ ਵੀ ਲੈ ਕੇ ਜਾਣਗੇ ਤਾਂ ਜਾਵਾਂਗੇ ਅਸੀਂ ਵੀ ਆਈ ਨਾਲ ਲੈ ਕੇ ਜਾਣਗੇ ਤਾਂ ਜਾਵਾਂਗੇ ਨਹੀਂ ਤੇ ਬੈਠੇ ਆ ਚੱਲਾਂਗੇ ਚੱਲਾਂਗੇ ਪੱਕਾ ਚੱਲ ਠੀਕ ਹੈ ਚੱਲ ਹੁਣ ਪਰੌਂਠੇ ਪਰੌਂਠੇ ਖਾ ਲਈਏ ਹੋਰ ਪਰੌਂਠੇ ਪਰੌਂਠੇ ਬਣਾਓ ਪਰੌਂਠੇ ਪਰੌਂਠੇ ਖਾ ਕੇ ਕਰਦੇ ਤੇ ਰੈਡੀ ਰੂਡੀ ਹੋ ਕੇ ਮਿਲਦੇ ਤੁਹਾਨੂੰ ਲੈ ਜੀ ਖਾਣਾ ਖਾਓ ਚਲੋ ਅਸੀਂ ਹਜੇ ਫਲੈਟ ਦੇਖੀ ਜਾਂਦੇ ਹਾਂ ਬਹੁਤ ਸੋਹਣਾ ਸਾਡੀ ਗੱਲ ਬਣ ਜੇ ਟੂ ਬੀ ਐਚ ਕੇ ਚਾਹੀਦਾ ਆਪਾਂ ਨੂੰ ਹਾਂ ਟੂ ਬੀ ਐਚ ਕੇ ਚਾਹੀਦਾ ਦੋ ਰੂਮ ਚਾਹੀਦੇ ਇਸ ਕਰਕੇ ਅਸੀਂ ਇੱਧਰ ਹੀ ਆ ਕੇ ਚਲੋ ਇਹਨਾਂ ਨੂੰ ਜਾਣਾ ਕਰਨਾ ਵੀ ਸੌਖਾ ਹੋ ਜਾਵੇ ਜਿਹੜਾ ਇਹਨਾਂ ਨੇ ਇੱਕ ਦੋ ਘੰਟੇ ਜਾਣਾ ਹੁੰਦਾ ਵੀ ਇੱਥੇ ਜਾਇਆ ਕਰਨਗੇ ਤੇ ਫਰਨਿਸ਼ ਹੀ ਲਿਆ ਲਗਭਗ ਸਾਰਾ ਹੀ ਲਿਆ ਕੋਈ ਆਏ ਨਿਗਾਹ ਵੀ ਅਸੀਂ ਕਿਉਂ ਆਏ ਇੱਥੇ ਸਿਰਫ ਨਿਮਲ ਦੇ ਕੰਮ ਕਰਕੇ ਅਸੀਂ ਇੱਥੇ ਆਏ ਹਾਂ ਵੀ ਇਹਨਾਂ ਦਾ ਕੰਮ ਸਿੱਖੋ ਦਾ ਤਾਂ ਕਰਕੇ ਤੇ ਬਾਕੀ ਅਸੀਂ ਸੋਚਿਆ ਕਿ ਚੱਲ ਹੁਣ ਜਾ ਹੀ ਵੜਾਂਗੇ ਕਿਉਂਕਿ ਪਹਿਲਾਂ ਅਸੀਂ ਪਿਛਲੇ ਸਾਲ ਵੀ ਅਸੀਂ ਜਾ ਰਹੇ ਸੀਗੇ ਉਦੋਂ ਥੋੜ੍ਹਾ ਐਂ ਸੀਗਾ ਵੀ ਚੱਲ ਹੁਣ ਇੱਕ ਸੀਜ਼ਨ ਕੱਢ ਲਈਏ ਆਪਾਂ ਠੀਕ ਹੈ ਜਿਹੜਾ ਨਿਮਲ ਦਾ ਕੰਮ ਹੁੰਦਾ ਉਹਦਾ ਇੱਕ ਸੀਜ਼ਨ ਕੱਢ ਲਈਏ ਥੋੜੀ ਜੀ ਇਸ ਕਰਕੇ ਅਸੀਂ ਮਤਲਬ ਓਨਾ ਕੀ ਲਿੱਤਾ ਜਿੰਨਾ ਸਾਨੂੰ ਜਾ ਸਕੇ ਤੇ ਬਾਕੀ ਹੁਣੇ ਭੱਜ ਭੱਜ ਕੇ ਕਹੀ ਜਾਂਦਾ ਮੈਨੂੰ ਸਬਜ਼ੀ ਵੀ ਖਵਾ ਦੋ ਤੇ ਰੋਟੀ ਵੀ ਖਵਾ ਦੋ ਰੋਟੀ ਦੀ ਟੁਕੜੀਆਂ ਕਰ ਦਿੰਦਾ ਜਿਵੇਂ ਚੂਹਾ ਨਹੀਂ ਕਰ ਦਿੰਦਾ ਟੁੱਕ 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 ਜੀ ਉਹ ਸਾਰੀਆਂ ਟੁਕੜੀਆਂ ਕਰ ਕਰ ਰੱਖ ਦਿੰਦਾ ਕੀ ਖਾਓਗੇ ਅੱਛਾ ਦੱਸੋ ਰੋਟੀ ਖਾਓਗੇ ਤੁਸੀਂ ਅੱਛਾ ਦੱਸ ਦੇ ਸਾਰਿਆਂ ਨੂੰ ਕਿ ਮੈਂ ਅੱਜ ਭੂਮੀ ਕਰਨ ਜਾਊਂਗਾ ਮੈਂ ਚੰਡੀਗੜ੍ਹ ਕਾਰਨੀਵਲ ਚ ਜਾਊਂਗਾ ਦੇਖ ਤੇ ਅੱਜ ਮੰਮੀ ਇੱਧਰ ਹੋਵੋ ਇੱਧਰ ਹੋਵੋ ਮੰਮੀ ਵਿੱਚ ਗਾਂ ਵੱਜ ਗਈ ਸੀ ਬਚ ਗਈ ਮੰਮੀ ਕਿੱਥੇ ਜਾ ਰਹੇ ਹਾਂ ਅੱਜ ਆਪਾਂ ਅੱਜ ਆਪਾਂ ਚੱਲੇ ਹਾਂ ਲੇਕ ਤੇ ਅਵਲ ਨੂਰ ਨੂੰ ਲੈ ਕੇ ਮੰਮੀ ਇੱਧਰ ਹੋਇਓ ਇਹਨਾਂ ਨੇ ਗੱਡੀ ਮੋੜ ਲਈ ਉਹ ਆ ਗਏ ਸਾਡੇ ਜਨਾਬ ਗੱਡੀ ਵਾਲੇ ਡਰਾਈਵਰ ਸਾਡੇ ਖੜੇ ਆ ਗੱਡੀ ਤਿਆਰ ਕਰਕੇ ਆਪਾਂ ਸੋਚਿਆ ਕਿ ਚਲੋ ਗਰਮੀ ਇੰਨੀ ਉਹਨਾਂ ਨੂੰ ਘੁੰਮ ਘੰਮ ਆਈਏ ਕਿਤੇ ਅੱਜ ਗਰਮੀ ਬਹੁਤ ਨਜਾਇਜ਼ ਹੈ ਆਪਾਂ ਆਏ ਸੁਖਨਾ ਲੇਕ ਤੇ ਠੀਕ ਹੈ ਘਰ ਬੈਠੇ ਬੈਠੇ ਹੋਈ ਜਾਂਦੇ ਸੀ ਬੋਰ ਤੇ ਆਪਾਂ ਈਵਨਿੰਗ ਦੇ ਵਿੱਚ ਸਲਾਹ ਕਰ ਲਈ ਕਿ ਚਲੋ ਆਪਾਂ ਇੱਥੇ ਆ ਜਾਂਦੇ ਹਾਂ ਅੱਜ ਨਹੀਂ ਜੀ ਮੇਰੇ ਨਾਲ ਹੋਰ ਕੋਈ ਨਹੀਂ ਆਇਆ ਕਿਉਂਕਿ ਤੁਸੀਂ ਕਹਿੰਦੇ ਹੋ ਕਿ ਇਹ ਬੋਲਦੇ ਨਹੀਂ ਫਿਰ ਮੇਰੇ ਨਾਲ ਹੈ ਨਹੀਂ ਗਏ ਇਹ ਵਲੌਗ ਦੇ ਵਿੱਚ ਨਹੀਂ ਜੀ ਨਹੀਂ ਮਾਤਾ ਦੀ ਚੜ੍ਹਾਈ ਵਰਗੀ ਪੌੜੀਆਂ ਮੰਮੀ ਤਾਂ ਥੱਕ ਚੁੱਕੇ ਆ ਪਹਿਲਾਂ ਹੀ ਚੜ੍ਹਾਈ ਵਰਗੀਆਂ ਹੋਈਆਂ ਪਈਆਂ ਮੈਂ ਪਹਿਲਾਂ ਕਰੋ ਅਵਲ ਨੂਰ ਤਾਂ ਪਹੁੰਚ ਗਿਆ ਉਹਨੂੰ ਤਾਂ ਲੋੜ ਹੀ ਨਹੀਂ ਗੀ ਤੁਰਨ ਦੀ ਹੋਰ ਤਾਂ ਉਹ ਕੀ ਲੱਗੀ ਹੋਈ ਲਿਫਟ ਲੱਗੀ ਹੋਈ ਆ ਅਵਲ ਨੂਰ ਦੀ ਤਾਂ ਸਿੱਧਾ ਹੀ ਜਾਂਦਾ ਚਾਰ ਫਲੋਰ ਕਮਰੇ ਦੇ ਤੇ ਕਿੰਨੀਆਂ ਪੌੜੀਆਂ ਹੋਣੀਆਂ 25 ਪੌੜੀਆਂ ਹੋਣੀਆਂ ਉਹ ਖੜ ਗਿਆ ਆਪ ਜਾ ਕੇ ਮੂਹਰੇ 25 ਪੌੜੀਆਂ ਇਹ ਹੋਣੀਆਂ ਤੇ ਮੰਮੀ ਦੀ ਭਿਆ ਹੋਈ ਪਈ ਆ ਮੇਰੀ ਤਾਂ ਆਪਦੀ ਭਿਆ ਹੋ ਗਈ ਕੀ ਹੋ ਗਿਆ ਉੱਧਰ ਨੂੰ ਬਹਿੰਦੇ ਆਪਾਂ ਪੁੱਟੇ ਹੋ ਕੇ ਨਾਲ ਵਧੀਆ ਉੱਧਰਲਾ ਵੈਦਰ ਦਿਖੂਗਾ ਇੱਧਰ ਤਾਂ ਕੁਛ ਵੀ ਹੈ ਨਹੀਂ ਆ ਇੱਧਰ ਤਾਂ ਆਪਾਂ ਲੋਕਾਂ ਦੇ ਫੇਸ ਦੇਖ ਸਕਦੇ ਹਾਂ ਮੰਮੀ ਕਹਿੰਦੇ ਮੈਂ ਤਾਂ ਨਹੀਂ ਬਹਿੰਦੀ ਉੱਧਰ ਨੂੰ ਮੈਨੂੰ ਡਰ ਲੱਗਦਾ ਇੱਧਰ ਨੂੰ ਕਿਹਾ ਸੀ ਬਹਿਣ ਨੂੰ ਬਹੁਤ ਡਰ ਲੱਗਦਾ ਕਹਿੰਦੇ ਮੈਨੂੰ ਡਰ ਲੱਗਦਾ
ਲੈ ਕੇ ਤੇ ਪਾਣੀ ਵਾਲੇ ਪਾਸੇ ਨਹੀਂ ਹੋਇਆ ਬੇਟੇ ਦੇਖ ਕੇ ਉਹ ਗੱਲ ਲੱਗ ਗਈ ਉਹ ਆ ਗਿਆ ਅਵਲ ਨੂਰ ਹਾਂਜੀ ਦੱਸੋ ਜੀ ਪੱਥਰ ਗਰਮ ਹੈ ਨਹੀਂ ਤਾਂ ਇਹਨੂੰ ਇੱਥੇ ਬਿਠਾ ਦਿੰਦੇ ਦੋ ਮਿੰਟ ਕੋਈ ਇਹਦੇ 'ਚ ਕੱਪੜਾ ਵੀ ਨਹੀਂ ਚੱਕ ਕੇ ਲਿਆਏ ਨਹੀਂ ਤਾਂ ਨੀਚੇ ਬਿਠਾ ਕੇ ਨਾ ਇੱਥੇ ਬਿਠਾ ਦਿੰਦਾ ਬੰਦਾ ਤੁਸੀਂ ਗੇੜਾ ਕਿੱਦਾਂ ਜਾਣਾ ਹੋ ਤਾਂ ਮੈਂ ਨਹੀਂ ਜਾਂਦੇ ਮੇਰੇ ਤਾਂ ਪਿਆ ਹੋਏ ਵੀ ਚਾਰ ਫਲੋਰ ਚੜ੍ਹ ਚੜ੍ਹ ਕੇ ਪਹਿਲਾਂ ਹੀ ਉਹੀ ਤਾਂ ਗੱਲ ਆ ਆਪਾਂ ਪਾਣੀ ਦੀ ਬੋਟਲ ਉਹ ਸਾਨਾ ਉਹ ਕੋਰਨਰ ਸੌਰੀ ਉਹ ਦੇਖੋ ਉੱਥੇ ਜਾਂਦਾ ਮੂੰਹ ਆਉਂਦਾ ਉਹ ਚੋਪੜੀ ਸਾਹਮਣੇ ਬਹੁਤ ਦੂਰ ਕਿਹੜੀ ਚੋਪੜੀ ਸਾਹਮਣੇ ਉਹ ਜਿੱਥੇ ਤੱਕ ਦਿਖਦੀ ਹੈ ਦੁਨੀਆ ਉੱਥੇ ਉੱਥੇ ਤਾਂ ਦੇਖੋ ਸ਼ਾਇਰ ਦੀ ਸ਼ੂਟਿੰਗ ਹੋਈ ਸੀ ਸਰਤਾਜ ਖੜਾ ਸੀਗਾ ਤੁਸੀਂ ਜੇ ਲੈਣਗੇ ਤਾਂ ਕੰਟਾ ਨਹੀਂ ਆਉਂਗੇ ਵਾਪਸ ਆਣ ਦੇਖਿਆ ਵੀਡੀਓ ਖੜਾ ਮਮਾ ਹਾਂ ਇੱਥੇ ਸਰਤਾਜ ਦੀ ਪਰਸੋਂ ਜੱਟਨਪੂਰ ਦੀ ਸ਼ੂਟਿੰਗ ਵੀ ਇੱਥੇ ਹੈ ਜੀ ਇੱਥੇ ਬੈਠੇ ਸੀ ਆ ਇੱਥੇ ਛੋਟਾ ਜਿਹਾ ਬਣਿਆ ਹੋਇਆ ਠੀਕ ਹੈ ਉੱਥੇ ਬੈਠੇ ਸੀ ਓਕੇ ਬਾਏ ਹਿੰਦੀ ਵਾਲੇ ਚੇਪ ਵੀ ਕੱਢਤੇ ਹੁਣ ਕਹਿੰਦੇ ਉਮਰ ਕੀ ਦੇਖੋ ਕਿਤਨੀ ਹੈ ਨਾ ਉਮਰ ਕੀ ਦੇਖੋ ਕਿਤਨੀ ਹੈ ਅਮੀ ਤੁਸੀਂ ਆਪਣੀ ਪੰਜਾਬੀ ਚ ਗੱਲ ਕਰੋ ਤੇ ਸਿੱਖੋ ਏਜ ਦੇਖੋ ਕਿੰਨੀ ਹੈ ਲੇਡੀਜ਼ ਦੀ ਬਸ ਆਪਾਂ ਇੱਕ ਇੱਕ ਲੈਂਗੁਏਜ ਚ ਬੋਲਣਾ ਆਪਾਂ ਆਪਾਂ ਸ਼ਹਿਰ ਚ ਨਹੀਂ ਢਲਣਾ ਬੇਲਪੁਰੀ ਨੀ ਲਈ ਸੀ ਪਿਛਲੀ ਵਾਰੀ ਜੋ ਕੱਲੇ ਪਾਪੜ ਚ ਫੜਾਤੇ ਸੀ ਉਹਨੇ ਇੱਥੇ ਲੇਖਤੇ ਹੀ ਕੱਲੇ ਪਾਪੜ ਫੜਾਉਂਦੇ ਸੀ ਉਹਨੇ ਵਿੱਚ ਪੁਜਿਆ ਹੀ ਨੀ ਸੀਗਾ ਆਪਾਂ ਬਾਅਦ ਚ ਬੰਦਾ ਲੱਭੀ ਜਾਂਦੇ ਸੀ ਵੀ ਕਿਹਨੇ ਫੜਾਈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੰਮੀ ਉਹਨੇ ਕੱਲੇ ਪਾਪੜ ਚ ਫੜਾਤੇ ਸੀਗੇ ਕਹਿੰਦਾ ਸਾਰਿਆਂ ਚ ਆਹੀ ਹੈ ਬੇਲਪੁਰੀ ਦੇ ਨਾਲ ਧੋਖਾ ਕਰਦੇ ਉੱਥੇ ਲੋਕ ਉਹ ਬਾਈ ਆਪਾਂ ਕਿਹੜਾ ਮਰੀਜ਼ ਆ ਲੋ ਵੀ ਆਪਾਂ ਕੁਲਫੀ ਲੈ ਲਈ ਆ ਕੱਪ ਨੀ ਪਸੰਦ ਆਉਂਦਾ ਤੁਹਾਨੂੰ ਤਾਂ ਲੈ ਜੀ ਆਪਾਂ ਆਏ ਸੀ ਲੇਕ ਤੇ ਲੇਕ ਤੇ ਘੁੰਮ ਫਿਰ ਕੇ ਚੱਲੇ ਹੁਣ ਵਾਪਸੀ ਘਰ ਨੂੰ ਚੱਲੇ ਆ ਘਰ ਨੂੰ ਨੀ ਚੱਲੇ ਹੁਣ ਆਪਾਂ ਮਾਰਕੀਟ ਚ ਦੇਖਦੇ ਆ ਖਾ ਪੀ ਲਵਾਂਗੇ ਕਿਉਂਕਿ ਕਾਫੀ ਟਾਈਮ ਹੋ ਗਿਆ ਬਿਲਕੁਲ ਬਿਲਕੁਲ ਬਾਕੀ ਨਿਮਲ ਤਾਂ ਪੁੱਛ ਸਕਦੇ ਹੋ ਹਾਂ ਵੀ ਬੇਟਾ ਜੀ ਕਿੱਥੇ ਲੈ ਕੇ ਜਾਣਗੇ ਹੁਣ ਕਿੱਥੇ ਲੈ ਕੇ ਜਾਏਗਾ ਹਾਲ ਤਾਂ ਹਜੇ ਆਪਾਂ ਦੇਖਦੇ ਆ ਰਸਤੇ ਚ ਕੋਈ ਆਈਟਮ ਖਾਣੇ ਆ ਵਧੀਆ ਜੀ ਕੈਮ ਜੀ ਠੀਕ ਹੈ ਓਕੇ ਫਿਰ ਦੇਖਦੇ ਆ ਆਪਾਂ ਫਿਰ ਜਾਵਾਂ ਘਰ ਨੂੰ ਆਈਸਕ੍ਰੀਮ ਖਾਧੀ ਆ ਮਜ਼ਾ ਆ ਗਿਆ ਠੰਡੀ ਠੰਡੀ ਖਾ ਕੇ ਨਿਮਲ ਨੇ ਹਜਮ ਬੜੀ ਸੋਹਣੀ ਕਰਾਈ ਸਾਡੀ ਆਈਸਕ੍ਰੀਮ ਦੀ ਪਰ ਖਾ ਲਈ ਅਸੀਂ ਆਈਸਕ੍ਰੀਮ ਸਹੀ ਹੈ ਠੰਡਕ ਪੈ ਗਈ ਥੋੜੀ ਜਿਹੀ ਹਾਂ ਸਵੇਰ ਦਾ ਆਪਣੇ ਘਰੇ ਪਾਣੀ ਨਹੀਂ ਸੀ ਨਾ ਤਾਂ ਕਰਕੇ ਆ ਦੇਖੀ ਦੇਖਦਾ ਇਹਨੂੰ ਯਾਰ ਬਾਹਰ ਪਤਾ ਹੈਗਾ ਕੰਮ ਹਾਂਜੀ ਬੇਟਾ ਜੀ ਸੱਚ ਤੋਂ ਕਿ ਮੈਂ ਵੀ ਆਈਸਕ੍ਰੀਮ ਖਾਦੀ ਆ ਆਈਸਕ੍ਰੀਮ ਸਵਾਦ ਸੀ ਪਤਾ ਹੈ ਆਈਸਕ੍ਰੀਮ ਖਾਦੀ ਆ ਅਵਲ ਆਈਸਕ੍ਰੀਮ ਆਈਸਕ੍ਰੀਮ ਸਵਾਦ ਸੀਗੀ ਸਾਰਿਆਂ ਨੂੰ ਦੱਸੋ ਸਵਾਦ ਸੀ ਪੁੱਤ ਕਹ ਤੂੰ ਬਹੁਤ ਸ਼ਾਹ ਸੀ ਕੀ ਦਾਦੀ ਮੰਮਾ ਬਹੁਤ ਸ਼ਾਹ ਸੀ ਇਹ ਤਾਂ ਨਾ ਬਾਈ ਪੁੱਛੋ ਨਾ ਸਾਡਾ ਬੇਟਾ ਹਾਂ ਜਦੋਂ ਇਹਦੇ ਕਿੰਨੀ ਫੋਨ ਹੋ ਜਾਂਦਾ ਨਾ ਸਾਹਮਣੇ ਫਿਰ ਐਂ ਖੜ ਜਾਂਦਾ ਐਂ ਕਰਕੇ ਅੱਖਾਂ ਨਹੀਂ ਆ ਇਹ ਹੀਰੋ ਹੁੰਦਾ ਕੈਮਰੇ ਦਾ ਇਹ ਸਾਡਾ ਇਹ ਕੈਮਰੇ ਦਾ ਮੇਨ ਹੀ ਸਾਡਾ ਛੋਟਾ ਸਟਾਰ ਹੈਗਾ ਇਹ ਸਾਡਾ ਛੋਟਾ ਸਟਾਰ ਹੈ ਦੇਖੋ ਹਾਂ ਇਹ ਨਿੱਕਾ ਦਾ ਇਹ ਹੁਣ ਆਈਸਕ੍ਰੀਮ ਖਾਣ ਦਾ ਟਾਈਮ ਹੋ ਗਿਆ ਵੀ ਮਹਾਰਾਜ ਜੀ ਦਾ ਆਈਸਕ੍ਰੀਮ ਦੇ ਲੇਕ ਤੇ ਜਾ ਕੇ ਤਾਂ ਇੰਨਾ ਬਾਗੋ ਬਾਗ ਜਿਵੇਂ ਪਤਾ ਹੀ ਨਹੀਂ ਕਿੱਥੇ ਆ ਗਿਆ ਹੁੰਦਾ ਇਹ ਖੁਸ਼ੀ ਸਾਰੇ ਨੂੰ ਦੇਖੀ ਜਾਵੇ ਇਹਨੂੰ ਭੁੱਖ ਪਿਆਸ ਵੀ ਨਹੀਂ ਲੱਗਦੀ ਬਾਹਰ ਆ ਕੇ ਕਿਤੇ ਵੀ ਫਿਰਦਾ ਰਹਿੰਦਾ ਆਉਦਾ ਬਾਹਰ ਤਾਂ ਹੀ ਹੁੰਦਾ ਬਾਹਰ ਦਾ ਜਵਾਕਾਂ ਦਾ ਹੁੰਦਾ ਆ ਦੇਖੋ ਹੁਣ ਇਹਦੇ ਆਈਸਕ੍ਰੀਮ ਤੇ ਧਿਆਨ ਨਹੀਂ ਹੈ ਇਹਦਾ ਇਧਰ ਫੋਨ 'ਚ ਧਿਆਨ ਹੈ ਰੋਟੀ ਇਹਨੇ ਜਦੋਂ ਰੋਟੀ ਖਾਣ ਲੱਗ ਜਾਣਾ ਤੇ ਇਹਨੇ ਰੋਟੀ ਮੰਗਣੀ ਆ ਵੀ ਪਹਿਲਾਂ ਮੈਨੂੰ ਦੇ ਦਿਓ ਤੁਸੀਂ ਬਾਅਦ 'ਚ ਖਾ ਲਿਓ ਆਪਦਾ ਚੂਹੇ ਵਾਂਗ ਕੁਤਰ 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 ਕਰਕੇ ਛੱਡ ਦਿੰਦਾ ਰੋਟੀਆਂ ਦੀ ਲੈ ਆਜੋ ਹੁਣ ਆਈਸਕ੍ਰੀਮ ਖਵਾਵਾਂ ਛੱਡਦਾ ਕਿਵੇਂ ਦੇਖਿਆ
ਹਾਂ ਰੋਟੀ ਵਿੱਚ ਅੱਧੀ, ਹਾਂ ਅੱਧੀ ਵਿੱਚ ਮੂੰਹ ਚ ਪਾ ਲੈਂਦਾ ਫਿਰ ਛੱਡਦਾ। ਲੋ ਲੋ ਪੁਲਿਸ ਆ ਗਈ ਸੀਗੀ, ਆਪਾਂ ਉੱਥੇ ਗਏ ਉਦੋਂ ਸਾਡੇ ਸਾਰੇ ਉਹਨੇ ਪਲੇਟ ਦਾ ਪਚਾਲ ਪਾ ਰੱਖਿਆ, ਰੋਟੀ ਵੀ ਨੀ ਖਾਣ ਦਿੱਤੀ ਗਈ ਸਾਨੂੰ। ਚੂਹੇ ਕੁਦਰਤੀ ਰੱਖਤੀ ਆ, ਹਰ ਨਵੀਂ ਬੁਰਕੀ ਪਾਲਦਾ, ਹਰ ਨਵੀਂ ਬੁਰਕੀ ਇਹ ਪੂਰੀ ਇੱਕ ਰੋਟੀ ਖਰਾਬ ਕਰ ਦਿੰਦਾ। ਹੁਣ ਦੇਖ ਹੁਣ ਮੂੰਹ ਚ ਪਾਊਗਾ ਫਿਰ ਲਿਜਾ ਕੇ ਰੋਟੀਆਂ ਨੂੰ। ਲੈ ਲੈ ਕਈ ਜਣੇ ਪੁੱਛਦੇ ਤੁਸੀਂ ਅਵਲ ਨੂਰ ਨੂੰ ਕੀ ਦਿੰਦੇ ਹੋ ਖਾਣ ਨੂੰ, ਇਹਨੂੰ ਅਸੀਂ ਸਾਰਾ ਕੁਛ ਦਿੰਦੇ ਹਾਂ ਖਾਣ ਨੂੰ ਜੋ ਕੁਛ ਖਾ ਸਕਦਾ ਸਿਵਾਏ ਰੋਟੀ ਨੂੰ ਛੱਡ ਕੇ। ਬਾਕੀ 11 ਵੱਜ ਚੁੱਕੇ ਆ ਹੁਣ ਅਤੇ ਆਪਾਂ ਲੇਕ ਤੋਂ ਆ ਗਏ ਸੀ, ਠੀਕ ਹੈ ਆਪਾਂ ਰੋਟੀ ਵੀ ਖਾ ਲਈ ਅਤੇ ਵਧੀਆ ਹੁਣ ਆਪਾਂ ਸੈਟਲ ਹੈ ਅਤੇ ਨਿੰਮਲ ਚਲੇ ਗਏ ਆਪਦੇ 11 ਦੋਸਤਾਂ ਕੋਲ ਅਤੇ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਸਵੇਰੇ। ਗੁੱਡ ਨਾਈਟ ਜੀ ਸਾਰਿਆਂ ਨੂੰ। ਅਵਲ ਗੁੱਡ ਨਾਈਟ ਕਰ ਦੇ ਬੇਟਾ, ਗੁੱਡ ਨਾਈਟ ਪੁੱਤ ਕਰ ਦੇ ਬੇਟੇ, ਗੁੱਡ ਨਾਈਟ। ਪਲੇਟ ਦਾ ਖੜਾ ਨਹੀਂ ਛੱਡਦਾ। ਬਾਰਿਸ਼ ਆ ਗਈ ਹੈ ਵੀ ਬੜੀ ਤੇਜ਼ ਰਾਤ ਦੇ 11 ਵਜੇ ਤੇ ਮੈਂ ਤੇ ਮੰਮੀ ਬੈਠੇ ਹਾਂ, ਸਾਨੂੰ ਤਾਂ ਵੈਸੀ ਲਾਈਟ ਹੀ ਨਹੀਂ ਹੈ ਮੰਮੀ, ਲਾਈਟ ਹੀ ਨਹੀਂ ਹੈ ਦੇ ਕਿੰਨੀ ਤੇਜ਼ ਬਾਰਿਸ਼ ਹੋ ਰਹੀ ਹੈ। ਹਾਂ ਤੁਹਾਨੂੰ ਕਿਹਾ ਸੀ ਨਾ ਗੁੰਮ ਸੋਏ ਜਿਹੜਾ ਇੱਕ ਵਾਰੀ ਬਾਰਿਸ਼ ਆ ਗਈ, ਹੋਰ ਇੰਨੀ ਤੇਜ਼ ਬਾਰਿਸ਼ ਹੋ ਰਹੀ ਹੈ ਦੇਖੋ। ਸਿਰਫ ਉਹ ਸ਼ੋਪ ਅੰਕਲ ਦੀ ਖੁੱਲੀ ਪਈ ਆ, ਸਬਜ਼ੀ ਵਾਲੇ ਅੰਕਲ ਦੀ ਆਹੋ ਹੀ, ਇੰਨੀ ਤੇਜ਼ ਬਾਰਿਸ਼ ਆਉਣ ਲੱਗ ਗਈ 2 ਮਿੰਟ ਦੇ ਵਿੱਚ ਵਿੱਚ ਦੇਖੋ।